ਸੁਖਵਿੰਦਰ ਸਿੰਘ ਸੁਖ ਸਰਕਾਰੀਆ ਪਹੁੰਚ ਗਏ ਨੇ ਸਾਬਕਾ ਮੰਤਰੀ ਸੁਖ ਸਰਕਾਰੀਆ ਸਰਕਾਰੀਆ ਸਾਹਿਬ ਕਿੰਨੀ ਤਿਆਰੀ ਅੱਜ ਤਾਂ ਬਜਟ ਆ ਰਿਹਾ ਕਹਿੰਦੇ ਖਜ਼ਾਨਾ ਬਜਟ ਆ ਸੁਣਦੇ ਆ ਪਹਿਲਾਂ ਬਜਟ ਆਵੇ ਫਿਰ ਗੱਲ ਕਰਾਂਗੇ ਸਰ ਪਿਛਲੀ ਵਾਰ ਕਿੰਨੀਆਂ ਉਮੀਦਾਂ ਨੇ ਹਰਜੋਤ ਬੈਸ ਨੇ ਤੁਹਾਨੂੰ ਉਮੀਦ ਨਹੀਂ ਜਾਗੀ ਬਜਟ ਤੋਂ ਬਜਟ ਤੋਂ ਵੇਂਦੇ ਆ ਜੀ ਅਜੇ ਤੇ ਜਿਹੜੀਆਂ ਉਹਨਾਂ ਗੱਲਾਂ ਕੀਤੀਆਂ ਜਿਹੜੀਆਂ ਸਾਰੀਆਂ ਵੇਖਦੇ ਆ ਪੂਰੀ ਕਰਦੇ ਸਰ ਹਰਜੋਤ ਬੈਸ ਨੇ ਕਿਹਾ ਸੀਗਾ ਜਿੰਨਾ ਰਿਵੈਨਿਊ ਤੁਸੀਂ 15 ਸਾਲਾਂ ਚ ਇਕੱਠਾ ਨਹੀਂ ਕਰਕੇ ਦੇ ਪਾਏ ਅਸੀਂ ਮਾਈਨਿੰਗ ਤੇ ਇੱਕ ਸਾਲ ਮੈਂ 15 ਸਾਲ ਮੰਤਰੀ ਰਿਹਾ ਮੈਂ ਤੇ 3 ਸਾਲ ਜਿੰਨੀ 15 ਸਾਲ ਤੱਕ ਨਹੀਂ ਕਰ ਪਾਈ 15 ਉਹ ਤੇ ਅਸੀਂ ਵੀ ਪਿਛਲੀਆਂ 10 ਸਾਲ ਦੀਆਂ ਸਰਕਾਰਾਂ ਦਾ ਕਹਿੰਦੇ ਰਹੇ ਆ ਉਹ ਸਾਡੀ ਹੀ ਗੱਲ ਕਰਨਾ ਉਹ ਗੱਲਾਂ ਕਹਿੰਦੀ ਹੁੰਦੀਆਂ ਕਿ ਬਾਕੀ ਕੋਈ ਨਿਕਲਦਾ ਜੀ ਨਹੀਂ ਅਸੀਂ ਜੀ ਵੀ ਰਹੇ ਹਾਂ ਜਿੰਨਾ ਉਹਨਾਂ 10 ਸਾਲਾਂ ਚ ਕੀਤਾ ਉਦੋਂ ਡੋੜਾ ਅਸੀਂ ਆਪਣੇ ਟਾਈਮ ਚ ਕਰਤਾ ਪਰ ਕਿਉਂਕਿ ਤੁਹਾਡੇ ਕੋਲ ਮਹਿਕ ਮਾਰਿਆ ਵੈਸੇ ਉਹ ਫੈਕਚੁਅਲੀ ਤੁਹਾਨੂੰ ਲੱਗਦਾ ਪੋਸੀਬਲ ਹੈ ਪੋਸੀਬਲ ਹੈ ਹੀ ਨਹੀਂ ਉਹਨਾਂ 20,000 ਦੀ ਗੱਲ ਕੀਤੀ ਆ ਵੀ ਮਾਈਨਿੰਗ ਚੋਂ ਰੈਵਨਿਊ ਆਊਗਾ ਉਹਨਾਂ ਦੇ ਸੁਪਰੀਮੋ ਸਾਹਿਬ ਵੀ ਕਹਿੰਦੇ ਰਹੇ ਆ ਉਹਦੇ ਟਾਈਮ ਦੱਸੂਗਾ ਨਾ ਹੁਣ ਇਹੋ ਕਹਿ ਕੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਉਹਨਾਂ ਭੁਲੇਖਾ ਪਾਇਆ ਵੀ ਪਾਲਿਸੀ ਦਾ ਬੜਾ ਰੌਲਾ ਪੈਂਦਾ ਰਿਹਾ ਕੋਈ ਪਾਲਿਸੀ ਬਦਲ ਕੇ ਕੋਈ ਕੰਮ ਬਣਦਾ ਜੀ ਵੈਸੇ ਜੇ ਇਹ ਸਾਡੀ ਪਾਲਿਸੀ ਅਜੇ 1 ਸਾਲ ਦਾ ਟਾਈਮ ਰਹਿੰਦਾ ਸੀ ਸਾਡੀ ਪਾਲਿਸੀ ਤੇ ਚੱਲਦੇ ਰਹਿੰਦੇ ਤੇ ਇਸ ਸਾਲ 340 ਕਰੋੜ ਆਉਣਾ ਸੀ ਤੇ ਅਜੇ ਤੱਕ ਤੇ ਮੈਚ 3 ਮਹੀਨੇ 30 ਕਰੋੜ ਆਇਆ ਬਾਕੀ ਵੇਲੇ ਓਏ ਅਜੇ ਤੇ ਅਜੇ 3 ਮਹੀਨੇ ਹੋਰ ਡੀਕੋ ਲੋਕੀ ਇਹਨਾਂ ਨੂੰ ਦੱਸਣਗੇ ਕਿਤਰਾ ਪਤਾ ਲੱਗੂ ਤਾਂ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਤਾਂ ਹਮਲਾਵਰ ਹੈ ਵਿਰੋਧੀ ਧਿਰ ਸੱਤਾ ਧਿਰ ਆਮ ਆਦਮੀ ਪਾਰਟੀ ਤੇ ਔਰ ਕਿਉਂਕਿ 3 ਮਹੀਨੇ ਬਾਅਦ ਇੱਕ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਉਹ ਵੀ ਆਮ ਆਦਮੀ ਪਾਰਟੀ ਨੂੰ ਆਪਣੇ ਗੜ੍ਹ ਦੇ ਵਿੱਚ ਤਾਂ ਜੇ ਇਹਦੇ ਵਿੱਚ ਵਿਰੋਧੀ ਧਿਰ ਨੂੰ ਮੌਕਾ ਮਿਲ ਗਿਆ ਸੱਤਾ ਧਿਰ ਨੂੰ ਘਿਰਨ ਦਾ ਤਾਂ ਇਹ ਤਸਵੀਰਾਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਦੀਆਂ ਪੰਜਾਬ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ